ਉਸੇ ਨੀ ਪਤਾ ਨਗਾਲੀ ਸੜਕ ਖਲੋਤੀ ਵੀ ਹੈ, ਉਸੇ ਨੀ ਪਤਾ ਬਾਗ ਸੜਕ ਖਲੋਤੀ ਵੀ ਹੈ, ਉਸੇ ਨੀ ਪਤਾ ਸਾਰੀ ਸਾਰੀ ਬਾਣੀਗੜ ਸੜਕ ਖਲੋਤੀ ਵੀ ਹੈ, ਉਸੇ ਨੀ ਪਤਾ ਸਾਰੀ ਕੁੰਨੀ ਖਲੋਤੀ ਵੀ ਹੈ, ਉਸੇ ਨੀ ਪਤਾ ਦਬਾਠਲੀ ਖਲੋਤੀ ਵੀ ਹੈ, ਉਸੇ ਨੀ ਪਤਾ ਕਰੋਈ ਚਾਰ ਦੀ ਜਾਣੂ ਦੰਨਾ ਖਲੋਤੀ ਵੀ ਹੈ, ਉਸੇ ਨੀ ਪਤਾ ਇਵੇਂ ਸ਼ਰਾਬੀ ਸੜਕਾਂ ਸੁਣਾ ਰਿਹਾ, ਕੁਸੇ ਵੀ ਨੀ ਇਸ ਗੱਲ ਦਾ ਪਤਾ ਸਾਡੇ ਕੰਮ ਰੁਕੇ ਦੇ ਕੁੱਥੇ ਕੁੱਥੇ ਰੁਕੇ ਦੇ, ਸਾਡੀਆਂ ਸੜਕਾਂ ਨਿਆਲੀ ਦੀ ਸੜਕ ਹੈ, ਸਾਰੀ ਕੋਰ ਦੀ ਧਰ ਕੋਰ ਦੀ ਜਿਹੜੀ ਪਿੱਛੋਂ ਸਾਰੀ ਬਰਬਾਦ ਹੋਈ ਦੀ ਹੈ, ਮੇੜ ਬਿਲਕੁਲ ਖਤਮ ਹੈ, ਮੇੜ ਦੇ ਅੰਦਰ ਬਿਲਕੁਲ ਵਿਵਸਥਾ ਨਹੀਂ ਹੈ, ਔਰ ਜਿੰਨੀਆਂ ਲਾਗੇ ਲਾਗੇ ਸੜਕਾਂ ਕੋਈ ਕੁਛ ਨਹੀਂ ਹੋ ਸਕਿਆ, ਮੇਰੇ ਪੂਰੇ ਪਿੰਡ ਛੋੜਨ ਦੇ ਬਾਅਦ ਇੱਕ ਇੰਚਰੀ ਔਰ ਬਾਬੂ ਦੇ ਭਲੇ ਬਾਬੂ ਬਾਬੂ ਇਹ ਮੇਰੀ ਆਏ ਸੜਕਾਂ, ਮੈਂ ਡਿਗਰੀ ਕਾਲਜ ਦਿੱਤਾ ਤੇ ਡਿਗਰੀ ਕਾਲਜ ਕਹਿ ਦਿੱਤਾ ਕਿ ਕੋਈ ਬੱਚਾ ਸਾਡਾ ਪੜ੍ਹਾਈ ਦੇ ਬਗੈਰ ਡਿਗਰੀ ਕੀਤੇ ਬਗੈਰ ਕੋਈ ਕੁੜੀ ਕੋਈ ਜਾਤ ਨਹੀਂ ਰਵੇ, ਅੱਜ ਨੇ ਅੱਗੇ ਕੀਤਾ ਕਾਨੂੰਨ ਬਣਾਇਆ, ਬਾਰਵੀਂ ਪਾਸ ਕਰਨ ਦੇ ਬਾਅਦ ਉਹੇ ਬੰਦਾ ਤੇਰਵੀਂ ਦਾਖਲ ਹੋ ਗਿਆ ਜਿਹੜਾ ਦੁਬਾਰਾ ਬਾਰਵੀਂ ਦਾ ਇੰਦਾ ਇੰਟਰਵਿਊ ਦੇ ਜਿਹੜਾ ਬੋਰਡ ਦਾ ਦਿੱਤੇ ਦਾ ਘੱਟ ਹੈ, ਇਸ ਕਰਕੇ ਸੁਣੋ ਮੇਰੇ ਬੱਚੀ ਬੱਚੀਓ, 8 ਤਰੀਕ ਦੇ ਬਾਅਦ ਸਾਡੀ ਸਰਕਾਰ ਬਣਨੀ ਕਾਨੂੰਨ ਖਤਮ ਹੈ, ਖਤਮ ਦਾਖਲ ਕਿਤੇ ਪਿਓ ਵਾਲੇ ਕਾਲੇ ਅਸਾਂ ਬਣਾਏ, ਅਸਾਂ ਬਣਾਇਆ ਸਰ ਚੌਧਰੀ ਲਾਲ ਸਿੰਘ ਨੇ ਬਣਾਇਆ, ਮੈਂ 18 ਡਿਗਰੀ ਕਾਲੇ ਬਣਾਏ ਐਸ ਏ ਐਮ ਪੀ, ਇਸ ਸਕੂਲ ਤੇ ਦੱਸਿਆ ਇੱਕ ਸਕੂਲ ਦੱਸਿਆ 14-14 ਪੋਸਟਾਂ, ਹਾਈ ਸੈਕੰਡਰੀ ਸ਼ੀਤਲ ਨਗਰ ਭੋਣ ਦੀਆਂ ਬੰਦ ਖਾਲੀ, 18 ਪੋਸਟਾਂ ਮਾਸਟਰਾਂ, 17-18 ਪੋਸਟਾਂ ਧਰਮਾਨ ਪਰ ਅਨੇ ਮੇਰਾ ਪੁੱਤਰ ਦਰਵਾਜ਼ੇ ਖੋਤੇ ਥਲਾ ਗਿਆ ਮੇਰੇ, ਤੇ ਕਰਾਉਣਾ ਚਾਹੁੰਦਾ ਕਿੰਨੀਆਂ ਪੋਸਟਾਂ ਸਾਰੀਆਂ ਸੰਗਣਗੜ ਹਾਈ ਸੈਕੰਡਰੀ ਪੋਸਟਾਂ ਖਾਲੀ, ਔਰ ਕੁਛ ਕੋਈ ਹਾਈ ਸੈਕੰਡਰੀ ਸਕੂਲ, ਹਾਈ ਸਕੂਲ ਚਲੀ ਜਾਓ, ਮਿਡਲ ਸਕੂਲ ਚਲੀ ਜਾਓ, ਪ੍ਰਾਈਮਰੀ ਸਕੂਲ ਚਲੀ ਜਾਓ, ਸਾਰੇ ਦੀ ਪੋਸਟਾਂ ਖਾਲੀ, ਕਿਉਂ ਖਾਲੀ? ਇਸ ਕਰੀਏ ਖਾਲੀ ਨੇ ਗਿਆ ਬਠਿੰਡੀ ਵਾਲੇ, ਇਸ ਕਰੀਏ ਖਾਲੀ ਨੇ ਪਲਟ ਹੈ, ਇਸ ਕਰੀਏ ਖਾਲੀ ਨੇ ਕਿ ਇਹਨਾਂ ਸਟੇਟ ਤੋੜੀ, ਸਟੇਟ ਤੋੜਨ ਦੇ ਕੰਨੇ ਰੈਬਰੇ ਤਲੀਮ ਸਕੀਮ ਖਤਮ ਕੀਤੀ, ਆਰਟੀ ਅੱਜ ਉਹ ਸਕੀਮ ਖਤਮ ਹੈ, ਕੋਈ ਬੱਚਾ ਗ੍ਰਾਂ ਦਾ ਗ੍ਰਾਂ ਚ ਨੌਕਰ ਨਹੀਂ ਹੋ ਸਕਦਾ, ਔਰ ਅੱਜ ਮੈਂ ਚੌਧਰੀ ਲਾਲ ਸਿੰਘ ਆਖਣਾ ਡਾਂਕੇ ਦੀ ਚੋਟ ਰੱਖਣਾ, 8 ਦੀ ਇਲੈਕਸ਼ਨ ਜਿੱਤਣ ਦੇ ਬਾਅਦ ਮੈਂ ਦੇਖਣ ਕਿਹੜਾ ਪਿਓ ਦਾ ਪੁੱਤਰ ਹੈ, ਸਾਰੇ ਲੋਕੀ ਰੋਕਣ, ਨੌਕਰੀ ਸਾਰੇ ਲੋਕ ਕਰਨਗੇ, ਸਾਰੇ ਬੱਚੇ ਕਰਨਗੇ, ਸਾਰੀਆਂ ਧੀਆਂ ਕਰਨਗੀਆਂ, ਬੇਟੀ ਪੜ੍ਹਾਓ ਤੇ ਬੇਟੀ ਬਚਾਓ, ਪੜ੍ਹਾਓ ਬਾਰਵੀਂ ਦਾਖਲ ਨਹੀਂ ਹੋਣ ਦੇਣਾ, ਬਚਾਓ ਉਹ ਮਾਡਲ ਸਬ ਡਿਸਟ੍ਰਿਕਟ ਹੋਸਪਿਟਲ ਖੋਲਿਆ ਚੌਧਰੀ ਲਾਲ ਸਿੰਘ ਨੇ, ਉਸ ਹੋਸਪਿਟਲ ਦੇ ਅੰਦਰ 18 ਡਿਗਰੀ 18 ਡਾਕਟਰ ਦੀ ਪੋਸਟਾਂ ਖਾਲੀ, ਮੈਂ ਦਿੱਤਾ ਉੱਥੇ ਪੜ੍ਹ ਬਣ ਕੇ ਬੰਦ, ਆਰਟੀਫਿਸ਼ਲ ਐਕਸਰੇ ਬੰਦ, ਕ੍ਰਿਟੀਕਲ ਐਂਬੂਲੈਂਸ 70 ਲੱਖ ਰੁਪਏ ਦਿੱਤੀ ਸਾਰੀ, ਬੇਟੀ ਬਚਾਓ ਕਿੰਨਾ ਲਾਜ ਹੈ ਨੀ, ਔਰ ਮੇਰੇ ਜ਼ਮਾਨੇ ਦੇ ਅੰਦਰ ਇਲਾਜ ਹੁੰਦਾ ਔਰ ਮੇਰੇ ਲੋਕੀ ਦੀ ਧੀਏ ਭੈਣ ਦਾ ਰੋਹ ਹੁੰਦਾ, ਹਰੀ ਚੌਧਰੀ ਲਾਲ ਸਿੰਘ ਨੂੰ ਸੁਣਾਉਣਾ ਤੂੰ ਲਾਜ ਨਹੀਂ ਕੀਤਾ, ਸਾਰੇ ਡਰਦੇ ਹੈ ਚਿੱਟੇ ਕੱਪੜੇ ਪਾਏ ਸਾਰੇ, ਅੱਜ ਕੋਈ ਨੀ ਲੱਗਦਾ ਚਿੱਟੇ ਕੱਪੜੇ ਵਾਲਾ, ਅੱਜ ਪਤਾ ਨੀ ਲੱਗਦਾ ਡਾਕਟਰ ਹੈ ਵੀ ਅਜੇ ਨਹੀਂ ਹੈ, ਇਹ ਸਾਡੀ ਹਾਲਤ ਹੈ, ਇਹ ਸਾਡੀ ਹਾਲਤ ਕੁੱਲ ਬਣਾਈ ਦੱਸੋ ਕੁੱਲ
ਬੀਜੇਪੀ ਨੇ ਜਿਹੜੀ ਹਾਲਤ ਬਣਾਈ ਹੈ ਬੂਥਾਂ ਦੇ ਬੀਜੇਪੀ ਵਾਲੇ ਇਲੈਕਸ਼ਨ ਲੜਨੇ ਹਾਲਤ ਤੁਸੀਂ ਸਾਰੀ ਉਹ ਕਰੀ ਹੋਣੀ ਤੇ ਇਲੈਕਸ਼ਨ ਲੜਨਾ ਅਹਿਮ ਮੌਮਣੀ ਜਿਉਂਦਾ ਤਰੋਕੜਾ ਤੇ ਪੁੱਤਰ ਫਰਸ਼ੀਆਂ ਜਣਾ ਹੈ ਇਸ ਕਰੀ ਮੈਂ ਜਨਾਬ ਸਾਰੇ ਗਾਉਣ ਜਾਣਾ ਇਹ ਪੁੱਲ ਦਿੱਤਾ 150 ਕਰੋੜ ਦਾ ਚੌਧਰੀ ਸਾਹਿਬ ਸਿੰਘ ਹੈ ਮੈਂ ਦਿੱਤਾ ਮੈਂ ਔਰ ਕਿਸ਼ੋਰੀ ਸ਼ਾਨਦਾਰ ਕੀਤੀ ਮੈਂ ਔਰ ਕਿਸ਼ੋਰੀ ਖੂਬਸੂਰਤ ਫੁੱਲੇ ਕਿਨੇ ਸੜਕੇ ਕਿਨੇ ਸਜਾਈ ਚੌਧਰੀ ਸਾਹਿਬ ਸਿੰਘ ਹੈ ਔਰ ਬਰਬਾਦ ਕੀਤੀ ਜੇ ਬੀਜੇਪੀ ਨੇ ਬਰਬਾਦ ਕੀਤੀ ਤਾਂ ਬਰਬਾਦ ਤੁਸੀਂ ਕਰਨਾ ਔਰ ਅਗਲੀ ਗੱਲ ਵੀ ਮਾਧੋਪੁਰ ਦਾ ਰਸਤਾ ਬੰਦ ਹੁੰਦਾ ਹੈ ਤੇ ਕਿਹੜਾ ਰਸਤਾ ਇਹ ਰਸਤਾ ਚੌਧਰੀ ਲਾਲ ਸਿੰਘ ਨੇ ਦਿੱਤਾ ਰਸਤਾ ਇੰਟਰਨੈਸ਼ਨਲ ਔਰ ਹਿੰਦੁਸਤਾਨ ਦਾ ਔਰ ਸਾਰੇ ਦੇਸ਼ ਵਿੱਚ ਜੋੜਨੇ ਰਸਤਾ ਚੌਧਰੀ ਲਾਲ ਸਿੰਘ ਨੇ ਐਜ਼ ਐਮ ਪੀ ਦਿੱਤਾ ਮੈਡਮ ਸੋਨੀਆ ਗਾਂਧੀ ਔਰ ਦੁਨੀਆ ਕਿੰਨੇ ਸ਼ਾਹਜਾਰੇ ਸੇ ਮੈਂ ਰੋਜ਼ ਚਾਹੇ ਕਰਦਾ ਹਾਂ ਤੇ ਡਿਪਟੀ ਮਿਨਿਸਟਰ ਐਮ ਐਸ ਹੋਮ ਡਿਫੈਂਸ ਪਰਮ ਲਾਲੂ ਉਸੀ ਮੈਂ ਕਦੀ ਝਾਂਕਰ ਲੈ ਜਾਣਾ ਜੀ ਝਾਂਕਰ ਅੱਛਾ ਬੜੀ ਚਾਹਣੀ ਸੀ ਅੱਛਾ ਸ਼ਾਇਦ ਨਾ ਤੋਂ ਨਾ ਫਿਰ ਮੇਰੀ ਖਲੋ ਹੈ ਇਹ ਪਰ ਖਲੋ ਜਾਂਦੇ ਹੈ ਪੰਦੇੜ ਜਾਂਦੇ ਖੰਬੇ ਉੜਾ ਖੰਬਾ ਟੁੱਟਦਾ ਖੰਬਾ ਪਾਇਆ ਸ਼ੋ ਛੁੜ ਖਿੜਕੀਆਂ ਚੱਲਦੇ ਛੁੜੋਲੇ ਚੌਧਰੀ ਲਾਲ ਸਿੰਘ ਦੱਸੋ ਕੋਈ ਛੁੜੋਲਾ ਰਹਿਦਾ ਹੁੰਦਾ ਸਾਰੇ ਛੁੜੋਲੇ ਕੋਈ ਸੜਕਾਂ ਬਣਾਈਆਂ ਅਗਰ ਅੱਜ ਸੜਕਾਂ ਟੁੱਟੀਆਂ ਅਗਰ ਅੱਜ ਪਿੰਡ ਨਹੀਂ ਹੋ ਸਕੀਆਂ ਤਾਂ ਇਹ ਸਾਰਾ ਕਸੂਰ ਕੁਦਰਤ ਬੀਜੇਪੀ ਦਾ ਅਗਰ ਡਿਗਰੀ ਕਾਲਜ ਬਣੀ ਦਿੱਤਾ ਤੇ ਚੌਧਰੀ ਲਾਲ ਸਿੰਘ ਨੇ ਕਾਂਗਰਸ ਨੇ ਮੇਰੀ ਪਾਰਟੀ ਨੇ ਅਸਰ ਦਿੱਤਾ ਮੈਂ 18 ਡਿਗਰੀ ਕਾਲਜਾਂ ਦੇ ਆਏ ਆਏ ਬਣੀ ਦਾ ਸਾਰਾ ਬੋਰਡ ਦਾ ਅਧਿਕਾਰ ਕਾਂਗੇ ਕੁੜੀ ਹੈ ਗਰਦਾਰੀ ਲਾਲ ਡੋਗਰਾ ਦੇ ਨਾਮ ਪਰ ਡਿਗਰੀ ਕਾਲਜ ਇਰਾਨਗਰ ਚੌਧਰੀ ਲਾਲ ਸਿੰਘ ਐਸ ਐਮ ਪੀ ਲੈਂਦਾ ਮੈਂ ਲੈਂਦਾ ਉਹਦਾ ਸਾਰਾ ਬੋਰਡ ਦਾ ਅਧਿਕਾਰੀ ਆਏ ਰਮੇਸ਼ ਚੌਧਰੀ ਉੱਥੇ ਇਸ ਕਰੀ ਮੈਂ ਸਾਰੇ ਲਾਉਣ ਚਾਹੁੰਦਾ ਹਮੇਸ਼ਾ ਗੱਲ ਯਾਦ ਰੱਖਣ ਮੇਰੀ ਕਿੰਨੇ ਕੰਮ ਤੋੜੇ ਮੈਂ ਕਿਤੇ ਦਿਨ ਇੱਕ ਬਲਾਕ ਹਾ ਮਸੋਲੀ ਚ ਕਹਿੰਦਾ ਵੀਡੀਓ ਬਲਾਕ ਕੀ ਚ 14 ਪੰਚਾਇਤਾਂ ਅੱਜ 4 ਤਾਂ ਬੱਬੀ 4 ਤੇਰੀ ਸਪੀਕ ਬੈਕ ਕਰ 4 ਬਲਾਕ ਤੇ 39 ਪੰਚਾਇਤਾਂ ਔਰ ਜੰਮੂ ਕਸ਼ਮੀਰ ਚ ਕੋਈ ਐਸੀ ਕਾਂਸਟੀਟਿਊਸੀ ਜਿਹਦੇ 4 ਬਲਾਕ ਨੇ ਜੰਮੂ ਕਸ਼ਮੀਰ ਦੀ ਕੋਈ ਐਸੀ ਕਾਂਸਟੀਟਿਊਸੀ ਜਿਹਦੇ 2 ਡਿਗਰੀ ਕਾਲੇ ਨੇ ਮਾਨਪੁਰ ਤੇ ਮਸੋਲੀ ਚੌਧਰੀ ਲਾਲ ਸਿੰਘ ਹੈ ਜਿਹਦੇ ਤਰ੍ਹਾਂ 14 ਬਲਾਕ ਦਾ ਮਤਲਬ 6 ਪੰਚਾਇਤਾਂ ਪਰ ਬਲਾਕ ਧਾਰ ਮਾਨਪੁਰ 22 ਪੰਚਾਇਤਾਂ ਪੁੱਛਣ ਕੇ ਸੁਣਗੇ 18-20 ਪੰਚਾਇਤਾਂ ਪਰ ਬਲਾਕ ਨੂੰ ਥੱਲੇ 20 ਪੰਚਾਇਤ ਤਹਿਸੀਲ ਬਣਾਈ ਉੱਥੇ ਮਾਨਪੁਰ ਮੈਂ ਬਲਾਕ ਬਣਾਇਆ ਮੈਂ ਕਾਲੀ ਦਿੱਤਾ ਮੈਂ ਔਰ ਇਸ ਜਿਹੜੀ ਪਾਰਟੀ ਬੀਜੇਪੀ ਇਹਨੇ ਉੱਥੇ ਸਬ ਡਿਵੀਜ਼ਨ ਹਾ ਕਹਿੰਦਾ ਪੀਡਬਲਿਊਡੀ ਦਾ ਉਹ ਕਿੱਥੇ ਬਣਾਇਆ ਮਾਨਪੁਰ ਚੁੱਕੀ ਹੈ ਉੱਥੇ ਲਿਖਾ ਮਾਨਡਲੀ ਮਾਨਪੁਰ ਦਾ ਸਬ ਡਿਵੀਜ਼ਨ ਦਫ਼ਤਰ ਖਤਮ ਮੈਂ ਦਿੱਤਾ ਫੇੜਾ ਬਿਲਕੁਲ ਕੀਤਾ ਸਬ ਡਿਵੀਜ਼ਨ ਸੁਣੋ ਬੀਜੇਪੀ ਵਾਲਿਓ ਪੁੱਤਰੋ ਚੌਧਰੀ ਲਾਲ ਸਿੰਘ ਜਿਸਲੇ ਪਾਵਰ ਚ ਆ ਗਏ ਇਹ ਸਬ ਡਿਵੀਜ਼ਨ ਵਾਪਸ ਆਏਗਾ ਮਾਨਪੁਰ ਖੁੱਲੇਗਾ ਹੁੰਦਾ ਵੱਖਰਾ ਸਾਰਾ ਵੱਖਰਾ ਮੈਂ ਇਹ ਅੱਜ
ਡੀਸੀ ਬੈਠੇ ਜਾਂ ਐਡੀਸ਼ਨਲ ਡੀਸੀ ਇਹ ਪੋਸਟ ਨੂੰ ਦਿੱਤੀ ਚੌਧਰੀ ਲਾਲ ਦਿੱਤੀ ਨਗਰੇ ਸੁਣਿਆ ਤੇ ਚੌਧਰੀ ਲਾਲ ਸਿੰਘ ਦਿੱਤੇ ਕੁੰਡ ਚੌਧਰੀ ਲਾਲ ਸਿੰਘ ਹੈ ਇਸ ਕਰੀਏ ਡਿਵੀਜ਼ਨ ਫਾਰੈਸਟ ਆਫਿਸਰ ਡੀਐਫਓ ਦਫ਼ਤਰ ਕੁੰਡ ਦਿੱਤਾ ਬਰੌਡ ਜਾਂਦੇ ਸੀ ਤੁਸੀਂ ਡੀਐਫਓ ਬਣਾਇਆ ਸ਼ੰਦੀਰੀਆਂ ਦਿੱਤੀਆਂ ਬਸੋਲੀ ਦਿੱਤੀਆਂ ਧਾਰਮਾਪੁਰ ਦਿੱਤੀਆਂ ਸ਼ੀਤਲ ਨਗਰ ਦਿੱਤੀਆਂ ਸ਼ੰਦੀਰੀਆਂ ਅੱਜ ਕੁੱਥੇ ਸ਼ੰਦੀਰੀਆਂ ਇਹ ਕੁੰਡ ਖਤਮ ਕੀਤੀਆਂ ਚੌਧਰੀ ਲਾਲ ਸਿੰਘ ਦਾ ਇਹ ਪੁੱਤਰ ਗਿਰਪੇ ਦੀ ਕੁੰਡੀਆਂ ਸਰਮਾਨਾ 500 ਰੁਪਏ ਪੈਸਾ ਕਿਰਾਇਆ 500 ਰੁਪਏ ਬੜਾ ਲਈਏ ਤੇ ਕਈ ਹਜ਼ਾਰਾਂ ਤੱਕ ਪਜਾਇਆ ਕੁੰਡ ਮੈਨੀਫੈਸਟੋ ਸੁਣੋ ਜਿਹੜੀ ਪਾਰਟੀ ਕੋਲ ਕੰਨ ਚ ਸਿਆਹੀ ਕੰਨੇ ਨਿਪ ਸਰਕਾਰ ਸਹੀ ਹੈ ਉਹ ਆਖਿਆ ਸਾਨੂੰ ਸਰਕਾਰ ਬਣਾ ਦਿਓ ਤੁਸੀਂ ਅਸ ਸਟੇਟ ਦੇ ਕੇ ਤੋੜੀ ਦੀ ਯੂਪੀ ਸਿਰ ਤੋੜੀ ਦੀ ਮੈਂ ਪੁੱਛਣਾ ਚਾਹੁੰਦਾ ਇਸ ਕਰੀਏ ਜਨਾਬ ਸਾਰੇ ਜਾਣਾ ਚਾਹੁੰਦਾ ਇਤਨੀ ਤਬਾਹੀ ਕੀਤੀ ਹੈ ਇਸ ਪਾਰਟੀ ਨੇ ਸਾਡੀ ਭੈਣੀ ਆਖੇ ਆਪਣਾ ਕੋਈ ਔਰਤ ਕੋਈ ਬਜ਼ੁਰਗ ਕੋਈ ਮਾਂ ਬੁੱਢੀ 8 ਤਰੀਕ ਦੇ ਬਾਅਦ ਅਦਾਲਤ ਚ ਲਿਖਾਣ ਨਹੀਂ ਜਾਗ ਕਿ ਮੈਂ ਬੁੱਢੀ ਆਇਆ ਬੁੱਢਾ ਮੈਂ ਜਿੱਦਾਂਗਾ ਮੈਂ ਦੇਖਾਂ ਮੈਂ ਲਿਖਾਂਗਾ ਚੌਧਰੀ ਲਾਲ ਸਿੰਘ ਜਿਹਨੇ ਮੈਂ ਲਿਖਿਆ ਹੁੰਦਾ ਹਾਂ ਯੂ ਉਦੇਸ਼ ਕਰੋ ਅੰਗਰੇਜ਼ੀ ਦੀ ਯੂ ਉਦੇਸ਼ ਕਰੋ ਜਿਹਦੇ ਮਰੋ ਸਿੱਧੀ ਗੱਲ ਹੈ ਆਪਣਾ ਫੰਡਾ ਦੇ ਮਿਗੀ ਕਿਸੇ ਕੋਲ ਕੁਛ ਨਹੀਂ ਚਾਹੀਦਾ ਮਿਗੀ ਚਾਹੀਦਾ ਮੇਰੇ ਲੋਕਾਂ ਨੂੰ ਸਾਫ ਮਿਲਣਾ ਚਾਹੀਦਾ ਮੇਰੇ ਲੋਕਾਂ ਦੀ ਅੱਛੀ ਜ਼ਿੰਦਗੀ ਹੋਣੀ ਚਾਹੀਦੀ ਪ੍ਰੋਸਪਰਸ ਲਾਈਫ ਹੋਣੀ ਚਾਹੀਦੀ ਮੈਂ ਚਾਹੁੰਦਾ ਕਿ ਹਰ ਮੇਰੀ ਭੈਣ ਹਰ ਮੇਰੀ ਮਾਂ ਹਰ ਮੇਰੀ ਬੱਚੀ ਹਰ ਮੇਰਾ ਬਜ਼ੁਰਗ ਹਰ ਮੇਰਾ ਭਰਾ ਉਹ ਅੱਛੀ ਜ਼ਿੰਦਗੀ ਜੀਏ।